ਇਹ ਬੇਸਬਰੀ ਦੇ ਨਾਲ ਇੱਕ ਇੰਤਜ਼ਾਰ ਵੀ ਸੀ ਇਹਨਾਂ ਨੂੰ ਕਿ ਕਦੋਂ ਇਲੈਕਸ਼ਨ ਹੋਏਗੀ, ਕਿਉਂਕਿ 5 ਸਾਲ ਤੋਂ ਲਗਾਤਾਰ ਜਿਹੜੀ ਹੈ ਸਰਕਾਰ ਜੇ ਆਪਾਂ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਦੀ ਬਣੀ ਹੈ, ਤਾਂ ਕਿਤੇ ਨਾ ਕਿਤੇ ਚਾਹਤ ਵੀ ਜ਼ਰੂਰ ਜਿਹੜੀ ਹੈ ਪਿੰਡ ਦੇ ਲੋਕਾਂ ਨੂੰ ਸਰਪੰਚਾਂ ਨੂੰ ਹੁੰਦੀ ਹੈ। ਕਿਸ ਤਰੀਕੇ ਨਾਲ ਦੇਖਦੇ ਹੋ ਕਿਹੜੇ ਕੰਮ ਕਰਾਏ ਜਾਣਗੇ ਅਗਰ ਪੰਚਾਇਤੀ ਇਲੈਕਸ਼ਨ ਦਾ ਮਾਹੌਲ ਹੈ, ਅੱਜ ਜਿਹੜੀ ਹੈ ਡੇਟ ਵੀ ਅਨਾਊਂਸ ਹੋ ਜਾਣੀ ਹੈ, ਔਰ ਕਿਸ ਤਰੀਕੇ ਨਾਲ ਦੇਖਦੇ ਹੋ? ਅਸੀਂ ਬਹੁਤ ਵਧੀਆ ਵੇਖਦੇ ਹਾਂ ਜੀ, ਸਾਡੇ ਪਿੰਡ ਦੇ ਵਿੱਚ ਹਲਕਾ ਸਾਡਾ ਕੰਮ ਕਰਨਾ ਪੈਂਦਾ, ਇੱਥੇ ਦਾ MLA ਸਾਹਿਬ ਸਰਵਣ ਸਿੰਘ ਧੋਨੇ ਆ ਜੀ ਸਾਡੇ ਏਰੀਏ ਦੇ, ਉਹਨਾਂ ਨੇ ਬਹੁਤ ਵਧੀਆ ਕਾਰਜਕਾਰੀ ਕੀਤੀ ਆਪਦੇ, ਜਿੰਨਾ 2.5 ਸਾਲ ਹੋ ਗਏ ਆ ਅਤੇ ਬਹੁਤ ਵਧੀਆ ਕੰਮ ਕਾਰ ਚੱਲਣ ਡੇ। ਮੇਰੇ ਪਿੰਡ ਦੇ ਵਿੱਚ 70 ਮੈਨੂੰ ਸ਼ੱਕ ਪੈਂਦਾ ਕਿ 27 ਸਾਲ ਦੀ ਮੇਰੀ ਉਮਰ ਹੋ ਚੱਲੀ ਅਤੇ ਕੰਮ ਕੋਈ ਨਹੀਂ ਹੋਇਆ, ਪਰ ਹੁਣ ਉਹਨਾਂ ਨੇ ਜਿਹੜੀਆਂ ਨਾਲੀਆਂ ਗਲੀਆਂ ਦਾ ਹੈਗਾ ਸਿਸਟਮ ਹੈਗਾ ਸੀ ਉਹ ਵੀ ਬਹੁਤ ਵਧੀਆ ਕਰਤਾ ਅਤੇ ਹੋਰ ਵੀ ਕੰਮ ਕਾਰ ਪਿੰਡ ਦੇ ਵਿੱਚ ਚੱਲਣ ਡੇ ਕਾਫੀ। ਜੇ ਗੱਲ ਕਰ ਲਈਏ ਸਰਹੱਦ ਦੇ ਨਾਲ ਤੁਹਾਡਾ ਜੁੜਿਆ ਹੋਇਆ ਪਿੰਡ ਆ ਜੀ, ਕਿਹੜੇ ਅਹਿਮ ਮੁੱਦੇ ਜਿਹੜੇ ਆਪਾਂ ਜੇ ਕਹਿ ਸਕਦੇ ਹਾਂ ਜਿਹੜੇ ਰਹਿਣ ਵਾਲੇ ਨੇ, ਕਿਉਂਕਿ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਨਵੀਂ ਪੰਚਾਇਤ ਬਣਦੀ ਹੈ ਤਾਂ ਲੋਕਾਂ ਦੇ ਜ਼ਹਿਨ 'ਚ ਹੁੰਦਾ ਹੈ ਕਿ ਅਹਿਮ ਮੁੱਦੇ ਵੀ ਰਹਿਣ, ਗਲੀਆਂ ਨਾਲੀਆਂ ਤੋਂ ਹਟ ਕੇ ਵਿਕਾਸ ਕਾਰਜ, ਸਕੂਲ ਕਾਰਜ, ਸਕੂਲ ਸਟੱਡੀ ਕਰਕੇ ਵੀ ਖਾਸ ਲੋਕਾਂ ਨੂੰ ਗਿਣਿਆ ਜਾਂਦਾ, ਕਿਹੜੇ ਅਹਿਮ ਮੁੱਦੇ ਨੇ ਅਗਰ ਕਿਹੜੇ ਸਾਰੇ, ਕਿਉਂਕਿ ਹਰ ਇੱਕ ਪਾਰਟੀ ਜਿਹੜੀ ਹੈ ਆਪਣੇ ਆਪਣੇ ਸਰਪੰਚ ਪਿੰਡਾਂ ਦੇ ਵਿੱਚ ਉਤਾਰਦੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਾਂਗਾ ਕਿ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ 'ਚ ਪਹਿਲੀ ਵਾਰ ਆ ਗਈ ਅਤੇ ਇਹਨਾਂ ਦਾ ਪੰਚਾਇਤੀ ਇਲੈਕਸ਼ਨ ਵੀ ਪਹਿਲਾ, ਅਤੇ ਅੱਗੇ ਆਉਣ ਵਾਲੇ ਸਮੇਂ ਵਾਸਤੇ ਪੰਚਾਇਤੀ ਇਲੈਕਸ਼ਨ ਜਿਹੜਾ ਬਹੁਤ ਅਹਿਮੀਅਤ ਰੱਖਦਾ ਵਿਧਾਨ ਸਭਾ ਵਾਸਤੇ, ਅਤੇ ਸਾਡੀ ਮੁੱਦਿਆਂ ਤੋਂ ਪਹਿਲਾਂ ਤੁਹਾਡੇ ਜ਼ਰੀਏ ਇਹੀ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਆ ਕਿ ਉਹ ਕਿਸੇ ਨੂੰ ਜੋੜਤਾ ਕਿਸੇ ਨੂੰ ਤੋੜਤਾ ਇਹ ਕਾਰਵਾਈ ਨਾ ਕਰਨ, ਕਿਉਂਕਿ ਬੜੀ ਮੁਸ਼ਕਲ ਨਾਲ 100 ਦੇ ਵਿੱਚੋਂ 5 ਹੀ ਪਿੰਡ ਹੋਣਗੇ ਜਿਨ੍ਹਾਂ ਵਿੱਚ ਸਹਿਮਤੀ ਬਣੇਗੀ, 95% ਕਿਸੇ ਪਿੰਡ 'ਚ ਸਹਿਮਤੀ ਨਹੀਂ। ਅਗਰ ਉਹ ਸਹਿਮਤੀ ਨੂੰ ਜ਼ਬਰਦਸਤੀ ਦਰਸਾਇਆ ਗਿਆ ਤਾਂ ਅਗਲੇ ਆਉਣ ਵਾਲੇ 27 ਵਾਲੇ ਵਿਧਾਨ ਸਭਾ ਦੇ ਵਿੱਚ ਪੱਤਾ ਸਾਫ਼ ਹੋ ਸਕਦਾ ਹੈ, ਅਤੇ ਪਾਰਟੀ ਵਰਕਰ ਹੋਣ ਦੇ ਨਾਤੇ ਅਸੀਂ ਸੁਨੇਹਾ ਦੇ ਵੀ ਇਹੋ ਜਿਹਾ ਕੋਈ ਕੰਮ ਨਾ ਕੀਤਾ ਜਾਏ। ਇਹੋ ਜਿਹੀ ਜੇ ਗੱਲ ਸਥਿਤੀ ਆਉਂਦੀ ਹੈ ਕਿਤੇ ਨਾ ਕਿਤੇ ਜ਼ਰੂਰ ਕਿਤੇ ਧੜੇਬੰਦੀਆਂ ਵੀ ਪਿੰਡ ਦੇ ਵਿੱਚ ਹੁੰਦੀਆਂ ਨੇ, ਕਿਸ ਤਰੀਕੇ ਨਾਲ ਫਿਰ ਸਹਿਮਤੀ ਵੀ ਜਤਾਉਣੀ ਜ਼ਰੂਰੀ ਹੁੰਦੀ ਹੈ ਕਿ ਲੋਕਾਂ ਦੇ ਕੰਮ ਕਾਰ ਜਿਹੜੇ ਹੋ ਜਾਣ ਉਹਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਜੀ, ਮੈਨੂੰ ਪਾਰਟੀ ਨੇ ਜ਼ਿਆਦਾ ਇੱਥੋਂ ਦਾ ਸੋਸ਼ਲ ਮੀਡੀਆ ਬਲਾਕ ਪ੍ਰਧਾਨ ਵੀ ਲਾਇਆ ਹੋਇਆ, ਮੈਂ ਘੱਟੋ ਘੱਟ ਵੀ 10 ਸਾਲ ਹੋ ਚੱਲੇ ਪਾਰਟੀ ਦੀ ਸੇਵਾ ਕਰਦੇ, ਰਾਤ ਦਿਨ ਇੱਕ ਕੀਤਾ, ਜਿੱਥੇ ਪਾਰਟੀ ਬੁਲਾਉਂਦੀ ਉੱਥੇ ਜਾਈਦਾ ਜੀ। ਬਾਕੀ ਇਹ ਨੇ ਕਿ ਅਸੀਂ ਸਾਰਾ ਪਿੰਡ ਸਹਿਮਤ ਹੋਏ ਹਾਂ ਕਿ ਸਾਡੇ ਨਾਲ ਜਿੱਤਰਾਂ ਵੀ ਸਾਰੇ ਰਲ ਕੇ ਕੰਮ ਕਰਨ, ਅਸੀਂ ਹੋਰ ਵੀ ਸਾਡੀ ਪਾਰਟੀ ਬਾਂਹ ਫੜੀ ਜਾਵੇ, ਅਸੀਂ ਵੀ ਨਾਲ ਉਹਨਾਂ ਦੇ ਪਾਰਟੀ ਰਾਤ ਦਿਨ ਸੇਵਾ ਕਰਾਂਗੇ। ਉਨ ਤੋਂ ਬਾਅਦ ਕਿ ਅਸੀਂ ਜਿੰਨੇ ਜੋਗੇ ਹੈਗੇ ਹਾਂ ਸੰਯੋਗ ਪਾਰਟੀ ਰਾਤ ਦੇ ਨਾਲੇ ਵੀ ਕਰਨੇ, ਗਾਂਹ ਵੀ ਕਰਾਂਗੇ ਅਤੇ ਹੁਣ ਵੀ ਕਰਦੇ ਪਏ ਹਾਂ। ਬਾਕੀ ਚਲੋ ਮਾਲਕ ਦੇ ਜਿੱਤਰਾਂ ਹੈਗਾ ਉਹਨਾਂ ਨੂੰ ਪਤਾ ਹਿਸਾਬ ਪਤਾ ਹੀ ਆ। ਬਿਲਕੁਲ ਆ ਜੀ, ਕੀ ਅਸੀਂ ਅੱਗੇ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਮੰਨ ਲਓ ਕਿਸੇ ਜਗ੍ਹਾ 'ਤੇ ਸਹਿਮਤੀ ਨਹੀਂ ਹੁੰਦੀ, ਚਾਹੇ ਉਹ ਓਪਨ ਜਾਂ ਜਨਰਲ ਇਲੈਕਸ਼ਨ ਹੋਵੇ, ਚਾਹੇ ਉਹ ਰਿਜ਼ਰਵ ਕਰਾ ਕੇ ਕੀਤਾ ਜਾਏ ਜਿੱਥੇ ਨਹੀਂ ਸਹਿਮਤੀ ਬਣਦੀ, ਉੱਥੇ ਇਲੈਕਸ਼ਨ ਹੋਣਾ ਚਾਹੀਦਾ ਤਾਂ ਕਿ ਜ਼ਿਆਦਾਤਰ ਵੋਟਰ ਸਪੋਰਟਰ ਅਤੇ ਵਰਕਰਾਂ ਦੇ ਵਿੱਚ ਨਾਰਾਜ਼ਗੀ ਨਾ ਪੈਦਾ ਹੋਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪਵੇ, ਇਹ ਕਹਿੰਦੇ ਹਾਂ। ਬਾਕੀ ਮੁੱਦੇ ਸਿੱਖਿਆ ਦਾ ਮੁੱਦਾ ਔਰ ਸਿਹਤ ਸੇਵਾਵਾਂ ਦਾ ਮੁੱਦਾ, ਗਲੀਆਂ ਨਾਲੀਆਂ ਦਾ ਮੁੱਦਾ, ਪਿੰਡਾਂ ਦੇ ਵਿੱਚ ਜਿਹੜੇ ਆਪਣੇ ਸੁਵਿਧਾ ਕੇਂਦਰਾਂ ਰਾਹੀਂ ਲੋਕਾਂ ਨੂੰ ਸੇਵਾਵਾਂ ਮਿਲ ਰਹੀਆਂ, ਉਹ ਕਾਫੀ ਮੁੱਦੇ, ਇੱਕ ਨਹੀਂ ਬਹੁਤ ਵੱਡੇ ਵੱਡੇ ਮੁੱਦੇ ਨੇ ਸਾਰੇ ਕਰਨ ਵਾਲੇ, ਜਦਕਿ ਇਹ ਪੰਚਾਇਤ ਲੈਵਲ ਦੇ ਜਾਂ ਹਲਕਾ ਵਿਧਾਇਕ ਦੇ ਲੈਵਲ ਦੇ ਨੇ, ਪਰ ਇਹਨਾਂ ਤੋਂ ਕਾਫੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ। ਜਿਹੜੇ ਕੋਈ ਰਸੂਖਦਾਰ ਲੋਕ ਨੇ ਉਹ ਕੰਮ ਕਰਾ ਜਾਂਦੇ ਆ, ਜਿਹੜਾ ਗਰੀਬ ਬੰਦਾ ਉਹ ਦਫ਼ਤਰਾਂ ਦੇ ਚੱਕਰ ਕੱਟਦਾ ਰਹਿੰਦਾ, ਉਹਨਾਂ ਦੇ ਕੰਮ ਨਹੀਂ ਹੁੰਦੇ। ਅਸੀਂ ਗੱਲ ਕਰਦੇ ਹਾਂ ਉੱਪਰਲੇ ਲੈਵਲ ਦੀ ਨਹੀਂ, ਅਸੀਂ ਗੱਲ ਕਰਦੇ ਜ਼ਮੀਨੀ ਲੈਵਲ ਦੀ, ਜਿਹੜਾ ਅਸੀਂ ਹਕੀਕਤ ਜ਼ਮੀਨੀ ਲੈਵਲ 'ਤੇ ਲੋਕਾਂ ਨੂੰ ਲੋਕਾਂ ਦੇ ਨਾਲ ਤੁਸੀਂ ਰੋਜ਼ ਦੇਖਦੇ ਹੋ ਕਿ ਲੋਕ ਅੱਜ ਵੀ ਦਫ਼ਤਰਾਂ ਦੇ ਵਿੱਚ ਜਾਂਦੇ ਨੇ, ਕਿਤੇ ਤੁਹਾਡੇ ਕੋਈ ਫਰਿਆਦ ਲੈ ਕੇ ਲੋਕ ਆਉਂਦੇ ਹੋਣਗੇ। ਨੈਚੁਰਲੀ ਗੱਲ ਹੈ ਕਿ ਘਰਿਆਲਾ ਪਿੰਡ ਸਰਹੱਦ ਨਾਲ ਜੁੜਿਆ ਹੋਇਆ ਪਿੰਡ ਹੈ, ਤਰਨ ਤਾਰਨ ਥੋੜ੍ਹਾ ਦੂਰ ਪੈਂਦਾ, ਤੁਹਾਡੇ ਕੋਲ ਵੀ ਲੋਕ ਫਰਿਆਦ ਲੈ ਕੇ ਆਉਂਦੇ ਹੋਣਗੇ। ਹਾਲਾਂ ਵੀ ਲੱਗਦਾ ਕਿ ਕੰਮ ਨਹੀਂ ਹੋ ਰਹੇ ਨੇ, ਕਈ ਕਈ ਜਗ੍ਹਾ ਕੰਮ ਹੋ ਰਹੇ ਨੇ।
ਕਈਆਂ ਥਾਵਾਂ ਤੇ ਇਹ ਚੱਕਰ ਆ ਜੀ, ਕਈਆਂ ਕੰਮ ਹੋ ਰਹੇ ਨੇ ਪਰ ਕਈਆਂ ਥਾਵਾਂ ਤੇ ਨਹੀਂ ਵੀ ਹੋ ਰਹੇ। ਇਹ ਮੰਨਣ ਯੋਗ ਆ ਕਈਆਂ ਥਾਵਾਂ ਦੇ ਅਫਸਰ ਬਾਈ ਨਹੀਂ ਸੁਣਦੇ, ਕਈਆਂ ਥਾਵਾਂ ਜਿੱਥੇ ਸੁਣਦੇ ਉੱਥੇ ਕੰਮ ਚੱਲ ਵੀ ਰਹੇ। ਸਾਡੀ ਸਭ ਤੋਂ ਵੱਡੀ ਮੁਸ਼ਕਲ ਆਉਂਦੀ, ਸਾਡਾ ਇੱਥੇ ਹੋਸਪਿਟਲ ਹੈ, ਜਾ ਕੇ ਵੇਖੋ ਉੱਥੇ ਕੋਈ ਡਾਕਟਰ ਨਹੀਂ ਹੈਗਾ, ਉੱਥੇ ਮੰਦੇ ਹਾਲਾਤ ਹੋਏ ਪਏ ਆ। ਅਤੇ ਬਾਕੀ ਅਸੀਂ ਤਾਂ ਬੇਨਤੀ ਕਰਦੇ ਪੰਜਾਬ ਸਰਕਾਰ ਗਾੜੀ ਕਿ ਸਾਡੇ ਹਸਪਤਾਲ ਨੂੰ ਇੱਥੇ ਡਾਕਟਰ ਦਿੱਤੇ ਜਾਣ, ਨਾ ਇੱਥੇ ਕੋਈ ਸਕੂਲ ਵੀ ਸਾਨੂੰ ਚਾਹੀਦਾ, ਮਿਲਣਾ ਚਾਹੀਦਾ ਇੱਥੇ। ਜੀ ਬਿਲਕੁਲ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਮ ਲੋਕ ਤਰ੍ਹਾਂ ਤੇ, ਉਹ ਕੀ ਕਹਿਣਾ ਚਾਹੁੰਦੇ? ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਸਰਕਾਰ ਨੇ ਆਹ ਇਲੈਕਸ਼ਨ ਜਿਹੜਾ ਕਰਵਾਉਣ ਲੱਗਾ, ਥੈਂਕ ਯੂ ਉਹਨਾਂ ਦਾ, ਕਿਉਂਕਿ ਪਹਿਲਾਂ ਹੀ ਇੱਕ ਸਾਲ ਹੋ ਗਿਆ ਆ ਪਿੰਡਾਂ ਦੇ ਵਿਕਾਸ ਜਿਹੜੇ ਨੇ ਉਹ ਬੇਸ਼ੱਕ ਸਰਕਾਰੀ ਪੱਧਰ 'ਤੇ ਕੋਈ ਅਫਸਰ ਸਾਹਿਬਾਨ ਲਾਏ ਹੋਏ ਨੇ, ਪ੍ਰਬੰਧਕ ਲਾਏ ਹੋਏ ਨੇ, ਪਰ ਜਿਹੜੀ ਗਰਾਊਂਡ ਲੈਵਲ 'ਤੇ ਗੱਲ ਆ ਉਹ ਪਿੰਡ ਦਾ ਹੀ ਬੰਦਾ ਕਰ ਸਕਦਾ ਆ। ਮੈਂ ਦੂਸਰੀ ਗੱਲ ਕਰਦਾ ਕਿ ਸਰਕਾਰ ਨੇ 33% ਰੈਜ਼ਰਵੇਸ਼ਨ ਦੀ ਗੱਲ ਕੀਤੀ ਆ, ਪਰ ਮੈਂ ਰੈਜ਼ਰਵੇਸ਼ਨ ਹੋਣੀ ਤਾਂ ਕਿਸ ਤਰ੍ਹਾਂ ਦੇ ਰੈਜ਼ਰਵੇਸ਼ਨ ਦੇ ਨਾਲ ਸੰਬੰਧਿਤ ਬੰਦੇ ਸਰਪੰਚ ਹੋਣੇ ਚਾਹੀਦੇ ਆ। ਇਹ ਨਹੀਂ ਹੋਣਾ ਚਾਹੀਦਾ ਕਿ ਸਰਮਾਏਦਾਰ ਦੇ ਘਰ ਸੀਰੀ ਲੱਗਿਆ ਬੰਦਾ, ਉਹ ਗੂਠਾ ਛਾਹ ਪਿਆ ਤਾਂ ਉਹਨੂੰ ਚੁੱਕ ਕੇ ਉੱਥੇ ਸਰਪੰਚ ਬਣਾ ਦਿੱਤਾ ਜਾਂਦਾ ਹੈ। ਲਾਗੇ ਲੋਕ ਤਬਕੇ ਦੇ ਨਾਲ ਵੀ ਪੜ੍ਹੇ ਲਿਖੇ ਬੰਦੇ ਹੈ ਨੇ। ਨਹੀਂ, ਜੇ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਮੁੱਖ ਮੰਤਰੀ ਪੰਜਾਬ ਜਿਹੜੇ ਭਗਵੰਤ ਮਾਨ ਨੇ, ਉਹਨਾਂ ਵੱਲੋਂ ਵੀ ਸੁਨੇਹ ਦਿੱਤੇ ਗਏ ਨੇ ਕਿ ਅਗਰ ਜੇ ਸਹਿਮਤੀਆਂ ਬਣਦੀਆਂ ਨੇ ਤਾਂ ਉਸ ਦੇ ਵਿੱਚ ਲੋਕਾਂ ਦਾ ਹੀ ਭਲਾ ਹੈ, ਵਿਕਾਸ ਕਾਰਜ ਹੋਣਗੇ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਪਿੰਡਾਂ ਦੇ ਵਿੱਚ ਸਹਿਮਤੀਆਂ ਹੋਣੀਆਂ ਚਾਹੀਦੀਆਂ ਹੈ। ਰਲ ਮਿਲ ਕੇ ਸਾਨੂੰ ਪਿਛਲੀਆਂ ਪਿਛੋਕੜਾਂ ਨੂੰ, ਜਿਹੜੀਆਂ ਗੱਲਾਂ ਬਾਤਾਂ ਸੀ ਪਿਛਲੱਗੀ ਦੀਆਂ, ਉਹ ਛੱਡ ਕੇ ਅਗਾਂਹ ਪੰਜਾਬ ਨੂੰ ਵੱਡੀਆਂ ਲੀਆਂ 'ਤੇ ਲੈ ਕੇ ਜਾਣਾ ਚਾਹੀਦਾ ਹੈ। ਸਰਬਸੰਮਤੀਆਂ ਹੋ ਜਾਣ ਜਿਹਦੇ ਨਾਲ ਖਰਚਾ ਵੀ ਬਚਦਾ ਹੈ ਅਤੇ ਪਾਰਟੀਆਂ ਬਾਜ਼ੀਆਂ ਤੁਹਾਡੇ ਬੰਦੀਆਂ ਵੀ ਤੋਂ ਹੀ ਉੱਪਰ ਉੱਠਿਆ ਜਾ ਸਕਦਾ ਹੈ ਅਤੇ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾ ਸਕਦੀ ਹੈ। ਸੋ ਇਹ ਸਾਡਾ ਏਰੀਆ ਬਿਲਕੁਲ ਪਛੜਿਆ ਹੋਇਆ ਏਰੀਆ ਸਰਹੱਦ ਦੇ ਨਾਲ ਲੱਗਦਾ ਹੈ। ਇੱਥੋਂ ਦਾ ਪਹਿਲੀ ਚਾਹੁੰਦਾ ਸੀ ਕਿ ਸਾਡੇ ਏਰੀਆ ਦਾ ਘੱਟੋ ਘੱਟ ਮਿਨਿਸਟਰ ਹੋਣਾ ਚਾਹੀਦਾ ਸੀ ਤਾਂ ਕਿ ਸਾਨੂੰ ਹੋਰ ਵੀ ਸਹੂਲਤਾਂ ਮਿਲ ਸਕਣ। ਬਿਲਕੁਲ, ਇਸ ਤਰੀਕੇ ਦੇ ਨਾਲ ਘਰਿਆਲੇ ਪਿੰਡ ਦੇ ਵਿੱਚ ਮੌਜੂਦ ਆ ਔਰ ਲੋਕਾਂ ਦੇ ਅਹਿਮ ਮੁੱਦੇ ਨੇ। ਕਿਤੇ ਨਾ ਕਿਤੇ ਲੋਕ ਇਹ ਵੀ ਚਾਹੁੰਦੇ ਨੇ ਕਿ ਜ਼ਰੂਰ ਸਹਿਮਤੀਆਂ ਹੋਣੀਆਂ ਚਾਹੀਦੀਆਂ ਨੇ ਜਿੱਥੇ ਲੋਕਾਂ ਦਾ ਵਿਕਾਸ ਕਾਰਜ ਹੋ ਚੁੱਕੇ ਔਰ ਖਰਚਾ ਪੰਜਾਬ ਸਰਕਾਰ ਦਾ ਜਿਹੜਾ ਬਚ ਸਕੇ। ਜੇ ਦੂਸਰੇ ਤਰੀਕੇ ਨਾਲ ਗੱਲ ਕਰੀਏ ਤਾਂ ਕਈ ਜਗ੍ਹਾ 'ਤੇ ਜਿਹੜੀਆਂ ਨੇ ਸਹਿਮਤੀਆਂ ਨਹੀਂ ਸਾਹਮਣੇ ਆਉਂਦੀਆਂ ਨੇ, ਕਿਉਂਕਿ ਲਗਾਤਾਰ ਕਈ ਜਗ੍ਹਾਵਾਂ 'ਤੇ ਜਿਹੜੀਆਂ ਨੇ ਧੜੇਬੰਦੀਆਂ ਵੀ ਜ਼ਰੂਰ ਨਜ਼ਰ ਆਉਂਦੀਆਂ ਨੇ। ਇੱਕ ਪਿੰਡ ਦੇ ਵਿੱਚ ਚਾਰ ਚਾਰ ਵੀ ਲੋਕ ਨੇ ਜਿਹੜੇ ਹਰ ਇੱਕ ਪਾਰਟੀ ਨਾਲ ਸੰਬੰਧ ਰੱਖਦੇ ਨੇ, ਕਾਂਗਰਸ ਕਰ ਲਈਏ, ਆਮ ਆਦਮੀ ਪਾਰਟੀ ਕਰ ਲਈਏ, ਹੋਰ ਪਾਰਟੀਆਂ ਜਿਹੜੀਆਂ ਅਕਾਲੀ ਦਲ ਦੀ ਗੱਲ ਕਰ ਲਈਏ, ਉਹਨਾਂ ਨਾਲ ਵੀ ਕਈ ਸੰਬੰਧਿਤ ਨੇ ਔਰ ਕਿਤੇ ਨਾ ਕਿਤੇ ਜ਼ਿਆਦਾ ਲੋਕ ਨੇ। ਹਾਲਾਂਕਿ ਲੋਕਾਂ ਦਾ ਵੀ ਇਹੀ ਕਹਿਣਾ ਕਿਤੇ ਨਾ ਕਿਤੇ ਸਹਿਮਤੀ ਹੋਵੇ ਤਾਂ ਕਿ ਲੋਕਾਂ ਦਾ ਵਿਕਾਸ ਕਾਰਜ ਜਿਹੜਾ ਜ਼ਰੂਰ ਹੋਣਾ ਚਾਹੀਦਾ।